ਕੋਰੋਨਾ ਵਾਇਰਸ ਨੂੰ ਦੇਖ ਕੇ ਬਾਬਾ ਬਾਲਕ ਨਾਥ ਜੀ ਦਾ ਮੰਦਿਰ ਅਤੇ ਸਿੱਧ ਗੁਫਾ ਦੁਪਹਿਰ ਤੋਂ 2 ਵਜੇ ਤੋਂ ਅਨਿਮਿਤ ਸਮੇਂ ਲਈ ਬੰਦ ਕਰ ਦਿੱਤੀ ਗਈ ਹੈ। ਜਿਸ ਮੰਦਿਰ ਦੇ ਪੁਜਾਰੀਆਂ ਵੱਲੋਂ ਸੰਗਤਾਂ ਨੂੰ ਆਪਣੇ ਸੰਦੇਸ਼ ਵਿੱਚ ਅਪੀਲ ਕੀਤੀ ਗਈ ਕਿ ਉਹ ਇਸ ਬਿਮਾਰੀ ਤੋਂ ਬਚਣ ਲਈ ਜੋ ਉਪਦੇਸ਼ ਡਾਕਟਰਾਂ ਵੱਲੋਂ ਦਿੱਤੇ ਗਏ ਨੇ ਉਹਨਾਂ 'ਤੇ ਅਮਲ ਕਰਨ। ਬਾਕੀ ਆਪ ਹੀ ਦੇਖ ਲਵੋ ਅਤੇ ਸੁਣ ਲਵੋ ਜੋ ਹੁਕਮ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਕੀ ਹੈ। ਜੈਕਾਰਾ ਪਾਉਣਾ ਹਾਰੀ ਜੀ ਦਾ ਬੋਲ, ਸਾਚੇ ਦਰਬਾਰ ਕੀ ਜੈ। ਸਾਰੀਆਂ ਸੰਗਤਾਂ ਨੂੰ ਜੈ ਬਾਬਾ ਬਾਲਕ ਨਾਥ ਜੀ ਮਹਾਰਾਜ ਜੀ ਕੀ। ਇਹ ਇੱਕ ਤੁਹਾਨੂੰ ਸੂਚਨਾ ਦੇਣਾ ਚਾਹ ਰਹੇ ਹਾਂ ਕਿ ਅੱਜ ਕੱਲ੍ਹ ਜਿਹੜੀ ਬਿਮਾਰੀ ਫੈਲੀ ਹੋਈ ਹੈ ਵਾਇਰਸ ਦੀ ਵਜ੍ਹਾ 'ਤੇ, ਸ਼ਰਧਾਲੂਆਂ ਦੀ, ਸੰਗਤਾਂ ਦੀ, ਸਾਰਿਆਂ ਸਥਾਨੀ ਨਿਵਾਸੀਆਂ ਦੀ ਸੁਰੱਖਿਆ ਦੇ ਲਹਿਜੇ ਦੇ ਤਹਿਤ ਸਰਕਾਰ ਦੁਆਰਾ, ਮੰਦਰ ਪ੍ਰਸ਼ਾਸਨ ਦੁਆਰਾ ਸਾਰਿਆਂ ਦੇ ਸਹਿਯੋਗ ਦੇ ਹਿਸਾਬ ਨਾਲ, ਸਾਰਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜਿਹੜਾ ਹੈ ਕਿ ਮੰਦਰ ਦੇ ਜਿਹੜਾ ਅੱਜ ਤੋਂ ਜਿਹੜਾ 2 ਵਜੇ ਤੋਂ ਜੋ ਹੈ ਉਹ ਕਪਾਟ ਬੰਦ ਕਰਤੇ ਗਏ ਯਾਤਰੀਆਂ ਦੇ ਦਰਸ਼ਨ ਲਈ। ਬਾਕੀ ਸੁਬਹਾ ਸ਼ਾਮ ਪੂਜਾ ਪਾਠ ਹੋਏਗੀ, ਪੁਜਾਰੀ ਪੂਜਾ ਪਾਠ ਕਰਨਗੇ, ਵਿਸ਼ਵ ਸ਼ਾਂਤੀ ਹੀ ਸਵਸਥਿਆ ਦੇ ਲਾਭ ਲਈ ਯੱਗ ਕਰਨਗੇ ਜਦ ਤੱਕ ਕਿ ਮੰਦਰ ਜਿਹੜਾ ਖੁੱਲ੍ਹ ਨਹੀਂ ਜਾਂਦਾ ਹੈਗਾ, ਔਰ ਇਹ ਸਾਰੀ ਸਮੱਸਿਆ ਜਿਹੜੀ ਆ ਖਤਮ ਨਹੀਂ ਹੋ ਜਾਂਦੀ ਆ, ਉਦੋਂ ਤੱਕ ਮੰਦਰ ਬੰਦ ਰਹੇਗਾ। ਉਹ ਤੁਹਾਨੂੰ ਅਗਲੀ ਵਾਰ ਜਦੋਂ ਵੀ ਖੁੱਲ੍ਹਣਾ ਹੈ ਉਦੋਂ ਤੁਹਾਨੂੰ ਸੂਚਨਾ ਦਿੱਤੀ ਜਾਏਗੀ, ਸਾਰਿਆਂ ਨੂੰ ਦੱਸਿਆ ਜਾਏਗਾ। ਤਾਂ ਸਾਰੀਆਂ ਸੰਗਤਾਂ ਤੋਂ ਬੇਨਤੀ ਹੈ, ਅਰਦਾਸ ਹੈ ਕਿ ਅਗਰ ਜੀਵਨ ਹੈ ਤਾਂ ਸਭ ਤਦੇ ਸਭ ਕੁਛ ਹੈ, ਇਸ ਲਈ ਸੁਰੱਖਿਆ ਬਚਾਓ ਹੀ ਹਰ ਚੀਜ਼ ਦਾ ਬਚਾਓ ਹੈ। ਤਾਂ ਇਸ ਚੀਜ਼ ਤੋਂ ਨਿਰਾਸ਼ ਨਾ ਹੋਣਾ, ਕਿਉਂਕਿ ਸਾਰਿਆਂ ਦੀ ਭਾਵਨਾ ਜੁੜੀ ਹੋਈ ਹੈ, ਸਾਡੀਆਂ ਵੀ ਸੰਗਤਾਂ ਦੀਆਂ ਵੀ, ਚੇਤ ਮਹੀਨਾ 4 ਸਾਲਾਂ ਤੋਂ ਤਿਆਰੀਆਂ ਲੱਗੇ। ਤਾਂ ਜੋ ਵੀ ਸਮੇਂ ਪਰਿਸਥਿਤੀਆਂ ਇਹਨਾਂ ਨੂੰ ਮੱਦੇਨਜ਼ਰ ਹੋ ਕੇ ਤੁਸੀਂ ਜਿਹੜਾ ਹੈ ਆਪਣੀਆਂ ਯਾਤਰਾ ਜਿਹੜੀਆਂ ਸਥਗਿਤ ਕਰ ਦਿਓ। ਜਦੋਂ ਪੱਤਰਕਾਰ ਜਤਿੰਦਰਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ।